9000 ਰੁਪਏ ਰਿਸ਼ਵਤ ਲੈਂਦਿਆਂ ਪਟਵਾਰੀ ਰੰਗੇ ਹੱਥੀਂ ਕਾਬੂ। ਵਿਜੀਲੈਂਸ ਬਿਊਰੋ ਬਠਿੰਡਾ ਨੇ 9000 ਰੁਪਏ ਰਿਸ਼ਵਤ ਲੈਂਦੇ ਹੋਏ ਪਟਵਾਰੀ ਅਤੇ ਉਸ ਦੇ ਨਿੱਜੀ ਸਹਾਇਕ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਐਸਪੀ ਵਿਜੀਲੈਂਸ ਭੁਪਿੰਦਰ ਸਿੰਘ ਨੇ ਦੱਸਿਆ ਕਿ ਭਗਤਾ ਭਾਈਕਾ ਦੇ ਪਿੰਡ ਜੀਂਦਾ ਵਿਖੇ ਤਾਇਨਾਤ ਰਣਜੀਤ ਸਿੰਘ ਨਾਂ ਦੇ ਪਟਵਾਰੀ ਨੇ ਜ਼ਮੀਨ ਦਾ ਇੰਤਕਾਲ ਕਰਨ ਦੇ ਨਾਂ ਤੇ ਕਿਸਾਨ ਕੋਲੋਂ 14000 ਰੁਪਏ ਰਿਸ਼ਵਤ ਮੰਗੀ ਸੀ, ਜਿਸ ਨੂੰ ਕਿ ਮੌਕੇ ਤੇ 9000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਰੁਪਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਜੀਦੇ ਦਾ ਰਹਿਣ ਵਾਲਾ ਹੈ। ਉਹਨੇ ਸਾਡੇ ਕੋਲ ਸ਼ਿਕਾਇਤ ਕੀਤੀ ਕਿ ਉਹਦਾ ਤਾਇਆ ਨਿਰੰਜਨ ਸਿੰਘ ਸੀ ਜਿਸ ਦੀ ਮੌਤ ਹੋ ਗਈ, ਔਰ ਤਾਏ ਦੇ ਸ਼ਾਦੀਸ਼ੁਦਾ ਨਹੀਂ ਸੀ, ਕੋਈ ਬਾਲ ਬੱਚਾ ਨਹੀਂ ਸੀ, ਉਹਦੇ ਕੋਲ 7 ਕਿੱਲੇ ਜ਼ਮੀਨ ਸੀ ਉਹਦੀ ਜਿਹੜੀ ਜਾਇਦਾਦ ਸੀ। ਉਹਦੇ ਬਿੱਲ ਕਰਾ ਗਿਆ ਰਜਿਸਟਰਡ ਮਰਨ ਤੋਂ ਪਹਿਲਾਂ ਆਪਦੇ ਬਾਕੀ ਦੋ ਭਰਾਵਾਂ ਦੇ ਨਾਂ, ਅੱਧੇ ਸ਼ਿਕਾਇਤਕਰਤਾ ਦੇ ਪਿਤਾ ਦੇ ਜਗਦੇਵ ਸਿੰਘ ਦੇ ਨਾਂ ਅਤੇ ਅੱਧੇ ਉਹਦੇ ਚਾਚੇ ਦੇ ਨਾਂ। ਅਤੇ ਜਦੋਂ ਰਜਿਸਟਰਡ ਬਿੱਲ ਦੇ ਆਧਾਰ 'ਤੇ ਇਹਨਾਂ ਨੇ ਇੰਤਕਾਲ ਦਰਜ ਕਰਵਾਉਣ ਲਈ ਪਟਵਾਰੀ ਰਣਜੀਤ ਸਿੰਘ ਨੂੰ ਮਿਲੇ, ਪਟਵਾਰੀ ਰਣਜੀਤ ਸਿੰਘ ਨੇ ਇਹਨਾਂ ਤੋਂ 15000 ਰੁਪਏ ਰਿਸ਼ਵਤ ਦੀ ਮੰਗ ਕੀਤੀ ਤਾਂ 14000 'ਚ ਸੌਦਾ ਤੈਅ ਹੋ ਗਿਆ, ਜਿਹਦੇ 'ਚੋਂ 5000 ਰੁਪਇਆ ਉਹਨੇ ਮੌਕੇ 'ਤੇ ਲੈ ਲਿਆ, 9000 ਰੁਪਇਆ ਬਾਕੀ ਸੀ। 9000 ਰੁਪਏ ਦੇਣ ਤੋਂ ਪਹਿਲਾਂ ਸਾਡੇ ਕੋਲ ਉਹਨਾਂ ਸ਼ਿਕਾਇਤ ਲੈ ਕੇ ਆ ਗਏ, ਅਸੀਂ ਆਪਣਾ ਟਰੈਪ ਲਾਤਾ ਜਿਹਦੇ 'ਚੋਂ ਅੱਜ ਉਹ 9000 ਰੁਪਇਆ ਹਾਸਲ ਕਰਦੇ ਹਾਂ ਰਿਸ਼ਵਤ। ਪਟਵਾਰੀ ਰਣਜੀਤ ਸਿੰਘ ਅਤੇ ਉਹਦਾ ਸਹਾਇਕ ਕੁਲਦੀਪ ਸਿੰਘ ਪ੍ਰਾਈਵੇਟ ਸਹਾਇਕ ਹੈ, ਉਹ ਦੋਨੋਂ ਰੰਗੇ ਹੱਥੀਂ ਫੜੇ ਗਏ, ਦੋਨੋਂ ਅਰੈਸਟ ਹੋ ਚੁੱਕੇ ਹੈ, ਉਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਹੋ ਗਿਆ, ਕੱਲ੍ਹ ਨੂੰ ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਉਸ ਤੋਂ ਬਾਅਦ ਅਗਲੀ ਕਾਰਵਾਈ ਮਤਲਬ ਜਾਏਗੀ।